सत श्री अकाल, तुसीं देख रहे हो द पंजाब टीवी ते मैं हाँ जज सिंह चाहल। अज दे पंजाबी प्राइम टाइम दे विच तुहाडा सारिआं दा बहुत बहुत स्वागत है। पंजाबी प्राइम टाइम दे विच सब तो पहला गल करांगे खेती कानूनां दी, जिन्हां नूं पार्लीमेंट दे विच रद्द कर दिता गया। ये खेती कानूनों के रद्द होने तो बाद पोलीटिकल लीडर ने की किया है तुहानू वह भी दसांगे। किसानों के वलों भी एक वड्डा फैसला ले लिया गया है। श्रोमणी गुरुद्वारा प्रबंधक कमेटी के वलों नवा प्रधान चुनिया गया है। श्रोमणी अकाली दल ने अपने दो होर महत्वपूर्ण उम्मीदवारों का ऐलान कर दिता है। एक होर कांग्रसी उम्मीदवार ने चन्नी सरकार से सवाल चुक दिते ने। आम आदमी पार्टी ने किवें कांग्रेस पार्टी के नक में दम करके रख दिता है तुहानू सारी जानकारी देंगे। पर सब तो पहला शुरुआत करते हैं खेती कानूनों तो। 19 नवंबर गुरपुरब वाले दिन भारत के प्रधानमंत्री नरेंद्र मोदी के वलों ऐलान किया गया सी कि साड़ी सरकार तिन खेती कानूनों रद्द करन जा रही है। किसानों ने कहा सानू यकीन नहीं जिनी देर तक पार्लीमेंट दे विच खेती कानून रद्द नहीं हो जाते उन्नी देर तक किसानी अंदोलन खत्म नहीं किया जाएगा। 29 नवंबर को पार्लीमेंट के सैशन का पहला दिन सी। पहले दिन ही केंद्र सरकार के वलों बड़ी फुर्ती दे नाल खेती कानूनों रद्द करवाउण दा काम ਕੀਤਾ ਗਿਆ। ਸਭ ਤੋਂ ਪਹਿਲਾਂ ਸੈਸ਼ਨ ਸ਼ੁਰੂ ਹੁੰਦਿਆਂ ਸਾਰ ਹੀ ਦੇਸ਼ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਇਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਜਿਹੜਾ ਕਿ ਫਾਰਮ ਲਾਜ਼ ਰਿਪੀਲ ਬਿੱਲ 2021 ਹੈ ਉਸ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ। ਵਿਰੋਧੀ ਪਾਰਟੀਆਂ ਦੇ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਸਨ ਕਿ ਜਿਵੇਂ ਤੁਸੀਂ ਇਹ ਕਾਨੂੰਨ ਲਿਆਉਂਦੇ ਸਨ ਬਿਨਾਂ ਚਰਚਾ ਤੋਂ ਉਵੇਂ ਹੀ ਤੁਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਵੀ ਕਰਵਾਉਣਾ ਚਾਹੁੰਦੇ ਹੋ ਬਿਨਾਂ ਚਰਚਾ ਤੋਂ। ਪਰ ਅਸੀਂ ਇਹਨਾਂ ਖੇਤੀ ਕਾਨੂੰਨਾਂ 'ਤੇ ਚਰਚਾ ਕਰਨਾ ਚਾਹੁੰਦੇ ਹਾਂ ਕਿਉਂਕਿ ਕੇਂਦਰ ਸਰਕਾਰ ਨੇ ਬਿਲਕੁਲ ਇਹ ਲੋਕਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਏ ਸਨ। ਬਹੁਤ ਜ਼ਿਆਦਾ ਹੰਗਾਮਾ ਹੋ ਗਿਆ, ਕਾਰਵਾਈ ਨੂੰ ਮੁਲਤਵੀ ਵੀ ਕਰਨਾ ਪਿਆ। ਪਰ ਉਸ ਤੋਂ ਬਾਅਦ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਦੇ ਵੱਲੋਂ ਵੌਇਸ ਵੋਟ ਜਿਹੜੀ ਕਿ ਹਾਂ ਨਾਂ ਦੇ ਵਿੱਚ ਵੋਟ ਕਰਵਾਈ ਜਾਂਦੀ ਹੈ ਕਿ ਹੱਥ ਖੜੇ ਕਰੋ ਕਿੰਨੇ ਪੱਖ ਵਿੱਚ ਨੇ, ਹੱਥ ਖੜੇ ਕਰੋ ਕਿੰਨੇ ਖਿਲਾਫ਼ ਨੇ, ਉਸ ਵੋਟਿੰਗ ਦੇ ਜ਼ਰੀਏ ਇਸ ਬਿੱਲ ਨੂੰ ਪਾਸ ਲੋਕ ਸਭਾ ਦੇ ਵਿੱਚੋਂ ਕਰ ਦਿੱਤਾ ਗਿਆ। ਵਿਰੋਧੀ ਪਾਰਟੀਆਂ ਵਿਰੋਧ ਕਰਦੀਆਂ ਰਹਿ ਗਈਆਂ। ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਇਸ ਬਿੱਲ ਨੂੰ ਉਸੇ ਵੇਲੇ ਹੀ ਪੇਸ਼ ਕਰ ਦਿੱਤਾ ਗਿਆ ਅਤੇ ਰਾਜ ਸਭਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਰੌਲਾ ਪਿਆ ਅਤੇ ਇਸੇ ਤਰ੍ਹਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਬਿਨਾਂ ਚਰਚਾ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਦਿੱਤਾ ਗਿਆ। ਜਿਹੜਾ ਬਿੱਲ ਪੇਸ਼ ਕੀਤਾ ਗਿਆ ਸੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਉਸ ਨੂੰ ਪਾਸ ਕਰਵਾ ਲਿਆ ਗਿਆ। ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਇਲਜ਼ਾਮ ਸਰਕਾਰ 'ਤੇ ਲਾਇਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਇਹ ਕਾਨੂੰਨ ਲਿਆਉਂਦੇ ਗਏ ਸਨ ਬਿਨਾਂ ਚਰਚਾ ਤੋਂ ਧੱਕੇਸ਼ਾਹੀ ਦੇ ਨਾਲ ਗੈਰ ਜਮਹੂਰੀ ਤਰੀਕੇ ਨਾਲ, ਉਸੇ ਹੀ ਤਰੀਕੇ ਨਾਲ ਇਹਨਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ। ਪਾਰਲੀਮੈਂਟ ਦੇ ਬਾਹਰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਨਾਅਰੇਬਾਜ਼ੀ ਵੀ ਕੀਤੀ ਗਈ। ਸੋਨੀਆ ਗਾਂਧੀ ਨੇ ਖੁਦ ਇਸ ਨਾਅਰੇਬਾਜ਼ੀ ਦੀ, ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਸ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੋਏ ਰਾਹੁਲ ਗਾਂਧੀ ਅਤੇ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਡਰੀ ਹੋਈ ਹੈ, ਇਸੇ ਕਰਕੇ ਹੀ ਉਹ ਚਰਚਾ ਤੋਂ ਭੱਜਦੀ ਹੈ। ਉਹਨਾਂ ਨੇ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਖਿਲਾਫ ਬਣਾਏ ਸਨ। ਜਿਸ ਤਰੀਕੇ ਨਾਲ ਉਹਨਾਂ ਨੇ ਧੱਕੇ ਨਾਲ ਬਣਾਉਣ ਵੇਲੇ ਪਾਸ ਕਰਵਾਏ ਬਿੱਲ ਇਹ ਖੇਤੀ ਕਾਨੂੰਨ ਬਣਾਏ ਸਨ, ਉਸੇ ਹੀ ਤਰੀਕੇ ਨਾਲ ਹੁਣ ਧੱਕੇ ਨਾਲ ਬਿਨਾਂ ਚਰਚਾ ਤੋਂ ਹੀ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਵੀ ਕਰਵਾ ਲਿਆ ਗਿਆ ਹੈ। ਕਿਉਂਕਿ ਜਿਹੜੀ ਗੱਲ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਕਹੀ ਜਾ ਰਹੀ ਸੀ ਕਿ ਆਪਣੇ ਕੁਝ ਮਿੱਤਰਾਂ ਦੇ ਲਈ ਨੀਤੀਆਂ ਮੋਦੀ ਦੇ ਵੱਲੋਂ ਬਣਾਈਆਂ ਜਾ ਰਹੀਆਂ ਨੇ, ਉਹ ਗੱਲ ਪੂਰੀ ਤਰ੍ਹਾਂ ਸੱਚ ਸਾਬਿਤ ਹੋਈ ਹੈ ਅਤੇ ਇਸੇ ਕਰਕੇ ਹੀ ਚਰਚਾ ਤੋਂ ਹੁਣ ਮੋਦੀ ਸਰਕਾਰ ਭੱਜ ਗਈ ਹੈ। ਇਸ ਤਰ੍ਹਾਂ ਭਾਵੇਂ ਕਿ ਖੇਤੀ ਕਾਨੂੰਨਾਂ ਨੂੰ ਦੋਨੋਂ ਸਦਨਾਂ ਦੇ ਵਿੱਚੋਂ ਮੋਦੀ ਸਰਕਾਰ ਦੇ ਵੱਲੋਂ ਪਾਸ ਕਰਵਾ ਲਿਆ ਗਿਆ, ਮੁਆਫ਼ ਕਰਨਾ ਰੱਦ ਕਰਵਾ ਦਿੱਤਾ ਗਿਆ। ਜਿਹੜਾ ਬਿੱਲ ਪੇਸ਼ ਕੀਤਾ ਗਿਆ ਸੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ, ਉਸ ਨੂੰ ਪਾਸ ਕਰਵਾ ਲਿਆ ਗਿਆ। ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਦਾ ਗੁੱਸਾ ਠੰਡਾ ਹੁੰਦਾ ਦਿਖਾਈ ਨਹੀਂ ਦਿੰਦਾ ਹੈ। ਰਾਜ ਸਭਾ ਦੇ 12 ਸੰਸਦ ਮੈਂਬਰਾਂ ਨੂੰ ਸਪੀਕਰ ਦੇ ਵੱਲੋਂ ਮੁਅੱਤਲ ਵੀ ਕਰ ਦਿੱਤਾ ਗਿਆ। ਇਸ ਦੇ ਵਿੱਚ ਕੁਝ CPM ਦੇ ਸੰਸਦ ਮੈਂਬਰ, ਕੁਝ ਕਾਂਗਰਸ ਦੇ, ਕੁਝ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਵੀ ਸ਼ਾਮਿਲ ਸਨ। ਪਰ ਇਸ ਵਾਰ ਕੀਤੇ ਗਏ ਹੰਗਾਮੇ ਨੂੰ ਲੈ ਕੇ ਇਹਨਾਂ ਨੂੰ ਮੁਅੱਤਲ ਨਹੀਂ ਕੀਤਾ ਗਿਆ। ਪਿਛਲੇ ਸੈਸ਼ਨ ਦੇ ਵਿੱਚ ਇਹਨਾਂ ਸੰਸਦ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀ ਅਤੇ ਉਸ ਦੀ ਸਜ਼ਾ ਇਸ ਵਾਰ ਦੇ ਸੈਸ਼ਨ ਦੇ ਵਿੱਚ ਦਿੱਤੀ ਗਈ ਹੈ। ਹੁਣ ਜਿਨ੍ਹਾਂ ਪਾਰਟੀਆਂ ਦੇ ਸੰਸਦ ਮੈਂਬਰ ਮੁਅੱਤਲ ਕੀਤੇ ਗਏ ਨੇ ਉਹ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਇਹ ਤਾਂ ਬਹੁਤ ਗਲਤ ਗੱਲ ਹੈ, ਪਿਛਲੀ ਵਾਰ ਦੀ ਗੱਲ ਇਸ ਸੈਸ਼ਨ ਦੇ ਵਿੱਚ ਆ ਕੇ ਉਸ ਦੀ ਸਜ਼ਾ ਦਿੱਤੀ ਜਾ ਰਹੀ ਹੈ। ਮੋਦੀ ਸਰਕਾਰ ਦੇ ਵੱਲੋਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਦਾਅ 'ਤੇ ਲਾਇਆ ਜਾ ਰਿਹਾ ਹੈ। ਬਿਲਕੁਲ
बिल्कुल लोकतंत्रिक तरीके नाल मोदी सरकार नहीं चलती है, पर मोदी सरकार ने हुण खेती कानूनां नूं रद्द कर दिता है। राष्ट्रपति दे हस्ताक्षर होणगे, उस तों बाद भारत दे विच तिन्नों खेती कानून संविधानक तौर ते कानूनी तौर ते रद्द मन्ने जाणगे। अगली खबर दे वल वधदे आं, खेती कानूनां दे नाल ही जुड़ी हुई है। हुण तुहानूं दसदे आं उहनां लोकां दा की कहना है जिन्हां दे वल्लों केंद्र सरकार दे नक विच दम करके इह खेती कानून रद्द करवाए गए ने, जोर पाया गया है। दिल्ली दीआं बरूहां ते एक साल तों बैठ के किसानां ने खेती कानून रद्द करवाए ने। तुहानूं किसानां दा वर्जन भी दसदे आं, उहनां दा पक्ष भी दसदे आं कि हुण किसानां ने की किया है। किसान बहुत खुश ने, खुशी दे नाल उन्हां दे पैर पुंजे लगदे दिखाई नहीं देंदे, क्योंकि इंदिरा गांधी तो बाद नरेंद्र मोदी नूं सब तो तकड़ा अते ताकतवर प्रधानमंत्री मन्निया जांदा सी कि मोदी है तो मुमकिन है, मोदी जिहड़ा फैसला लै लैंदा उस तो फिर कदे भी वापस नहीं मुड़दा। हुण जदों किसानां ने वापस मोड़ दिता उवे भौंदे पैरी जिवें पास करवाए सन उवें ही हुण रद्द भी पार्लीमेंट दे विच करवाए ने। किसान बागो बाग ने, पंजाब दीआं 32 किसान जथेबंदियां दी एक बैठक सिंघू बार्डर ते हुई। बैठक तो बाद किसानां दे वल्लों प्रैस कॉन्फ्रेंस कीती गई अते उस दे विच उन्हां ने सारे किसानां नूं जित दी वधाई दित्ती है, पर नाल दी नाल उन्हां ने एक वड्डा फैसला भी लै लिया है। संयुक्त किसान मोर्चे की बैठक 4 दसंबर नूं होनी सी, जिस नूं लैके वड्डा फैसला यह लिया गया है कि 1 दसंबर नूं संयुक्त किसान मोर्चे की एमरजेंसी बैठक सद लई गई है। किसानां दा कहना है कि 4 दसंबर नूं बैठक होवेगी, पर एक दिन का समा विच केंद्र सरकार नूं होर भी दिंदे आ। जिहड़ी असीं चिट्ठी लिखी है प्रधानमंत्री नरेंद्र मोदी नूं उहदे विच असीं मंगां रखियां ने, जेकर एक दिन दे विच सरकार उहनां मंगां नूं मन लैंदी है, जदकि सरकार तां कह रही है कि असीं मंगां मन्नण लई तैयार हाँ, एक दिन दे विच मंगां मन लवे तां फिर अगली बैठक दे विच जिहड़ी कि 1 दसंबर नूं होणी है संयुक्त किसान मोर्चे की, उहदे विच अंदोलन नूं लै के कोई ना कोई फैसला लिया जा सकदा है। जेकर किसानां दा अंदोलन बारे तुहानूं रुख दसीए तां किसान इस वेले अंदोलन खत्म करन दे पक्ष विच दिखाई दिंदे ने, बशर्ते उहनां दीआं सारीआं मंगां मन्नीआं जाण। मुख मंग सी खेती कानून वापस लओ, उह मन्नी गई है। MSP ते कमेटी बणाउण नूं वी केंद्र सरकार राजी हो गई है, पर केंद्र सरकार दे वल्लों इह हामी नहीं भरी जा रही है कि MSP ते कानून बणावांगे। जिहड़ी असीं कमेटी बना रहे हां उह इह डिस्कस करेगी कि खेती कानून किवें बनाउणे ने, इह अजे तक केंद्र सरकार दे वल्लों नहीं किया गया है। किसान कहिंदे ने कि जेकर इस गल ते कमेटी बनाई गई कि MSP ते कानून बनाउणा है जां फिर नहीं, सानूं मंजूर नहीं होवेगी। कमेटी बनाउणी है तां इस गल ते बनाओ कि MSP दी गरंटी दा कानून किवें बनाया जाणा है, फिर उह कमेटी सानूं मंजूर होवेगी। इस तरह किसानां दे वल्लों अंदोलन खत्म करन वल लगभग कदम वधाया जा रहा है। हुण केंद्र सरकार ते निर्भर करता है कि उस नाल किसाने अंदोलन नूं खत्म करवाउणा है जां फिर नहीं। अगे वधदे आं, हुण तुहानूं पोलिटिकल लीडरां दे बयान दसदे आं। खेती कानूनां दे रद्द होण तों बाद पोलिटिकल लीडरां दे वल्लों की किया जा रहा है, तुहानूं उह वी दसणा बहुत जरूरी है। पंजाब दे साबका मुख मंत्री कैप्टन अमरिंदर सिंह दे वल्लों खेती कानून रद्द होण तों बाद अपनी प्रतिक्रिया दित्ती गई है। उन्होंने किसानां नूं वधाई दित्ती है, फेसबुक पेज ते पोस्ट पा के लिखदे ने, साडे सारे किसानां नूं बहुत बहुत वधाई, क्योंकि केंद्र सरकार ने अज संसद के दोवां सदनों में खेती कानूनों को रस्मी तौर पर रद्द कर दिता है। मैं पूरा भरोसा है कि सरकार साडे किसानां दीआं बाकी लंबित मंगां बारे भी हमदर्दी नाल विचार करेगी। कैप्टन अमरिंदर सिंह दे वल्लों इत्थे बलबीर सिंह राजेवाल अते पंजाब दे किसान आगुआं दे नाल जिहड़ी उन्होंने फोटो खिंचवाई सी, उही फोटो इत्थे कैप्टन अमरिंदर सिंह दे वल्लों वरत दित्ती गई है। गल करिए दिल्ली दे मुख्यमंत्री अरविंद केजरीवाल दी, तां उह इस नूं बहुत वड्डा इतिहासक दिन दसदे दिखाई दिंदे ने। कहिंदे ने कि भारतीय लोकतंत्र दे विच इह बहुत वड्डा इतिहासक दिन है अते संसद दे इतिहास भी इतिहासक दिन है। तिन्ने खेती कानून रद्द कर दिए गए ने, उन्होंने ब्लैक फॉर्म लॉज लिखे, भाव काले खेती कानून रद्द कर दिए गए ने। कहिंदे ने सारे किसानां नूं अते सारे भारतीयां नूं बहुत बहुत वधाई। इस तरह पोलिटिकल लीडरां दे वल्लों किसानां नूं सीधे तौर पर वधाइयां दित्तियां जा रहियां ने, अते इह भी मंग कीती जा रही है कि किसानां ने जो बाकी मंगां रखियां सन उहनां नूं भी पूरियां कीता जाणा चाहीदा है, तां जो किसानी अंदोलन छेती तों छेती खत्म हो सके।
ਅੱਗੇ ਵਧਦੇ ਹਾਂ ਖੇਤਰੀ ਕਾਨੂੰਨਾਂ ਤੋਂ ਬਾਅਦ ਹੁਣ ਗੱਲ ਸਿਆਸਤ ਦੀ ਕਰ ਲੈਂਦੇ ਹਾਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਖੇਤੀ ਕਾਨੂੰਨ ਬੀਜੇਪੀ ਦੇ ਵੱਲੋਂ ਰੱਦ ਕਰ ਦਿੱਤੇ ਜਾਂਦੇ ਨੇ ਤਾਂ ਮੈਂ ਉਹਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਗੱਠਜੋੜ ਕਰਕੇ ਚੋਣਾਂ ਲੜਾਂਗਾ। ਹੁਣ ਜਦੋਂ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਸੰਸਦ ਦੇ ਵਿੱਚ ਵੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਸਰਗਰਮ ਹੁੰਦੇ ਦਿਖਾਈ ਦਿੰਦੇ ਨੇ। ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰੀ ਰਿਹਾਇਸ਼ ਤੇ ਪਹੁੰਚ ਗਏ ਕੈਪਟਨ ਅਮਰਿੰਦਰ ਸਿੰਘ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ। ਇਸ ਨੂੰ ਦੇਸ਼ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਹਲਚਲ ਕਿਹਾ ਜਾ ਸਕਦਾ ਹੈ। ਜਦੋਂ ਮਿਲ ਕੇ ਆਏ ਪੁੱਛਿਆ ਗਿਆ ਕਿਉਂ ਗਏ ਸੀ, ਕਹਿੰਦੇ ਨੇ ਵੈਸੇ ਹੀ ਗਿਆ ਸੀ। ਜਿਵੇਂ ਸ਼ਿਸ਼ਟਾਚਾਰ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ, ਵੈਸੇ ਹੀ ਮੈਂ ਖੱਟਰ ਨੂੰ ਮਿਲਣ ਲਈ ਗਿਆ ਸੀ। ਜੇਕਰ ਤੁਸੀਂ ਸੋਚਦੇ ਹੋ ਕਿ ਇਹਦੇ ਵਿੱਚ ਕੋਈ ਸਿਆਸਤ ਹੈ ਤਾਂ ਅਜਿਹਾ ਕੁਝ ਵੀ ਨਹੀਂ ਹੈ। ਕੋਈ ਵੀ ਸਿਆਸੀ ਗੱਲ ਅਸੀਂ ਆਪਸ ਦੇ ਵਿੱਚ ਨਹੀਂ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਸਿਆਸੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਸਾਰੇ ਜਾਣਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਦੇ ਆਗੂਆਂ ਦੇ ਨਾਲ ਮੁਲਾਕਾਤਾਂ ਕਿਉਂ ਕਰ ਰਹੇ ਨੇ। ਜਦੋਂ ਪੁੱਛਿਆ ਗਿਆ ਬੀਜੇਪੀ ਦੇ ਨਾਲ ਗੱਠਜੋੜ ਕਰੋਗੇ, ਗੱਲਬਾਤ ਕਰੋਗੇ, ਉਹ ਕਹਿੰਦੇ ਨੇ ਮੈਂ ਦਿੱਲੀ ਜਾਵਾਂਗਾ, ਉੱਥੇ ਜਾ ਕੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਾਂਗਾ ਅਤੇ ਪੰਜਾਬ ਦੇ ਵਿੱਚ ਗੱਠਜੋੜ ਕਰਕੇ ਸਾਡੇ ਵੱਲੋਂ ਚੋਣਾਂ ਲੜੀਆਂ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਹੁਣ ਪੂਰੀ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਐਕਟਿਵ ਹੋਣ ਦੀ ਤਿਆਰੀ ਦੇ ਵਿੱਚ ਜਾਪਦੇ ਨੇ। ਜੇਕਰ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਗੱਲ ਕੀਤੀ ਜਾਵੇ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੀ, ਤਾਂ ਉਹਨਾਂ ਨੇ ਵੀ ਆਪਣਾ ਰੁੱਖ ਲਗਭਗ ਸਪਸ਼ਟ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਦੇ ਵੱਲੋਂ ਪ੍ਰਨੀਤ ਕੌਰ ਨੂੰ ਇੱਕ ਨੋਟਿਸ ਭੇਜਿਆ ਗਿਆ ਸੀ, ਜਿਸ ਦੇ ਵਿੱਚ ਉਹਨਾਂ ਤੋਂ ਜਵਾਬ ਮੰਗਿਆ ਗਿਆ ਸੀ ਕਿ ਤੁਸੀਂ ਪੰਜਾਬ ਲੋਕ ਕਾਂਗਰਸ ਲਈ ਕੰਮ ਕਰ ਰਹੇ ਹੋ, ਆਪਣੇ ਘਰ ਵਾਲੇ ਲਈ ਕਾਂਗਰਸ ਪਾਰਟੀ ਦੇ ਖਿਲਾਫ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹੋ, ਜਵਾਬ ਦਿਓ, ਕਾਰਨ ਦੱਸੋ। ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਹੁਣ ਪ੍ਰਨੀਤ ਕੌਰ ਦੇ ਵੱਲੋਂ ਆਪਣੀ ਮਨਸ਼ਾ ਸਾਫ਼ ਕਰ ਦਿੱਤੀ ਗਈ ਹੈ। ਉਹਨਾਂ ਨੇ ਫੇਸਬੁੱਕ 'ਤੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਦਿੱਤੀ ਹੈ, ਕੈਪਟਨ ਫਰ 2022 ਲਿਖ ਕੇ, ਅਤੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਉਹਨਾਂ ਨੇ ਕੈਪਟਨ ਫਰ 2022 ਵਾਲੀ ਆਪਣੀ ਪ੍ਰੋਫਾਈਲ ਪਿਕਚਰ ਲਾ ਦਿੱਤੀ ਹੈ, ਅਤੇ ਇਸ ਦੇ ਉੱਪਰੋਂ ਕਾਂਗਰਸ ਪਾਰਟੀ ਵਾਲਾ ਪੰਜਾਬ ਵੀ ਗਾਇਬ ਕਰ ਦਿੱਤਾ ਗਿਆ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਕਾਂਗਰਸ ਪਾਰਟੀ ਨੇ ਮੁਹਿੰਮ ਚਲਾਈ ਸੀ ਕੈਪਟਨ ਫਰ 2022, ਭਾਵ 2022 ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਹੋਣਗੇ। ਉਦੋਂ ਇਹ ਪ੍ਰੋਫਾਈਲ ਪਿਕਚਰ ਸਾਰੇ ਕਾਂਗਰਸੀ ਲੀਡਰਾਂ ਦੇ ਵੱਲੋਂ ਲਾਈਆਂ ਗਈਆਂ ਸਨ, ਪਰ ਇਸ ਦੇ ਵਿੱਚ ਪੰਜੇ ਦਾ ਚੋਣ ਨਿਸ਼ਾਨ ਵੀ ਸੀ ਕਾਂਗਰਸ ਪਾਰਟੀ ਦਾ, ਅਤੇ ਹੁਣ ਸਾਰੇ ਹੀ ਕਾਂਗਰਸ ਲੀਡਰਾਂ ਦੇ ਵੱਲੋਂ ਕੈਪਟਨ ਦੀ ਉਹ ਪ੍ਰੋਫਾਈਲ ਪਿਕਚਰ ਹਟਾ ਦਿੱਤੀ ਗਈ ਹੈ, ਕਿਉਂਕਿ ਕੈਪਟਨ ਬਾਹਰ ਹੋ ਗਏ ਨੇ ਅਤੇ ਸਿੱਧੂ ਅਤੇ ਚੰਨੀ ਅੰਦਰ ਆ ਗਏ ਨੇ। ਪਰ ਪ੍ਰਨੀਤ ਕੌਰ ਨੇ ਇਹ DP ਲਾ ਕੇ, ਇਹ ਡਿਸਪਲੇ ਪਿਕਚਰ ਲਾ ਕੇ ਪੂਰੀ ਤਰ੍ਹਾਂ ਆਪਣੀ ਮਨਸ਼ਾ ਸਾਫ਼ ਕਰ ਦਿੱਤੀ ਹੈ ਕਿ ਮੈਂ ਕਾਂਗਰਸ ਦੇ ਨਾਲ ਨਹੀਂ, ਮੈਂ ਆਪਣੇ ਘਰ ਵਾਲੇ ਦੇ ਨਾਲ ਜਾਵਾਂਗੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਤਾਂ ਕਾਂਗਰਸ ਪਾਰਟੀ ਉਹਨਾਂ ਨੂੰ ਕੱਢ ਦੇਵੇਗੀ ਅਤੇ ਜਾਂ ਫਿਰ ਉਹਨਾਂ ਦੇ ਵੱਲੋਂ ਆਪ ਹੀ ਕਾਂਗਰਸ ਪਾਰਟੀ ਛੱਡੀ ਜਾ ਸਕਦੀ ਹੈ। ਕਾਂਗਰਸ ਨੂੰ ਪੰਜਾਬ ਦੇ ਵਿੱਚ ਇਹ ਬਹੁਤ ਤਕੜਾ ਝਟਕਾ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਪਟਿਆਲਾ ਤੋਂ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਵੀ ਨੇ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰ ਲੈਂਦੇ ਹਾਂ। ਬੀਬੀ ਜਗੀਰ ਕੌਰ ਸਨ SGPC ਦੇ ਪ੍ਰਧਾਨ। 29 ਨਵੰਬਰ ਨੂੰ SGPC ਦਾ ਇਜਲਾਸ ਹੋਇਆ, ਇਹਦੇ ਵਿੱਚ ਨਵਾਂ ਪ੍ਰਧਾਨ ਚੁਣਿਆ ਜਾਣਾ ਸੀ, ਵੋਟਿੰਗ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਗੇ ਕੀਤਾ ਗਿਆ ਹਰਜਿੰਦਰ ਸਿੰਘ ਧਾਮੀ ਨੂੰ, ਅਤੇ ਵਿਰੋਧੀ ਧਿਰ ਦੇ ਵਿੱਚ ਮਿੱਠੂ ਸਿੰਘ ਕਾਨੇ ਕੇ ਖੜ੍ਹੇ ਹੋਏ SGPC ਦੇ ਪ੍ਰਧਾਨ ਦੇ ਅਹੁਦੇ ਦੇ ਲਈ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਪਈਆਂ, ਜਦਕਿ ਵਿਰੋਧੀ ਧਿਰ ਵਾਲੇ ਮਿੱਠੂ ਸਿੰਘ ਕਾਨੇ ਕੇ ਨੂੰ ਸਿਰਫ 19 ਵੋਟਾਂ ਹੀ ਪਈਆਂ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਵਾਰ ਫਿਰ ਤੋਂ ਬਣ ਗਿਆ ਹੈ। ਹਰਜਿੰਦਰ ਸਿੰਘ ਧਾਮੀ ਬਾਦਲ ਪਰਿਵਾਰ ਦੇ ਨਜ਼ਦੀਕੀ ਮੰਨੇ ਜਾਂਦੇ ਨੇ। ਸ਼ਾਮ 84 ਤੋਂ ਉਹ ਲਗਭਗ 25 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਅਤੇ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਬੀਬੀ ਜਗੀਰ ਕੌਰ ਨੂੰ ਇਸ ਸੇਵਾ ਤੋਂ ਮੁਕਤ ਕੀਤਾ ਜਾ ਸਕਦਾ ਹੈ ਅਤੇ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਹਰਜਿੰਦਰ ਧਾਮੀ ਦੀ ਹੀ ਪਹਿਲਾਂ ਤੋਂ ਚਰਚਾ ਚੱਲ ਰਹੀ ਸੀ, ਅਤੇ ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਨੂੰ ਦੁਬਾਰਾ ਪ੍ਰਧਾਨ ਇਸ ਲਈ ਨਹੀਂ ਬਣਾਇਆ ਗਿਆ ਕਿਉਂਕਿ ਉਹਨਾਂ ਨੂੰ ਸਿਆਸੀ ਪਿੜ ਦੇ ਵਿੱਚ ਉਤਾਰਿਆ ਜਾਣਾ ਸੀ, ਅਤੇ ਅਜਿਹਾ ਹੀ ਹੋਇਆ ਹੈ। ਅੱਗੇ ਵੱਧਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ 2 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਅਤੇ ਇਹਨਾਂ ਉਮੀਦਵਾਰਾਂ ਨੂੰ ਬਹੁਤ ਮਹੱਤਵਪੂਰਨ ਉਮੀਦਵਾਰ ਕਿਹਾ ਜਾ ਸਕਦਾ ਹੈ। SGPC ਦੇ ਸਾਬਕਾ ਪ੍ਰਧਾਨ ਜਿਹੜੇ ਕਿ ਹੁਣੇ ਹੁਣੇ ਹੀ ਸਾਬਕਾ ਹੋਏ ਨੇ, ਉਹਨਾਂ ਨੂੰ ਭਲੱਥ ਤੋਂ ਉਮੀਦਵਾਰ ਵੀ
बना दिता गया है श्रोमणी अकाली दल के वलों। अज ही वह अहदे तो मुक्त हुए और अज ही उन्होंने पलत तो उम्मीदवार श्रोमणी अकाली दल के वलों बना दिता गया। दूजा उम्मीदवार बनाया गया बिक्रम सिंह मजीठिया मजीठा तो। श्रोमणी अकाली दल के ये दोवें उम्मीदवार बहुत ज़्यादा मजबूत उम्मीदवार कहे जा सकते ने, क्योंकि मजीठा विधानसभा हल्के तो बिक्रम सिंह मजीठिया का कोई भी मुकाबला नहीं है अजे तक, क्योंकि जिन्या भी चोणा मजीठिया ने लड़िया ने एक पासण जित बिक्रम सिंह मजीठिया हासिल हुई है, क्योंकि मजीठा हल्के दे विच कांग्रेस पार्टी दे विच धड़ेबंदी भी रही है और बिक्रम सिंह मजीठिया का काफ़ी सियासी होल्ड भी मजीठा हल्के दे विच मन्निया जांदा है। तो हुण जदों भलत हल्के दे विच बीबी जगीर कौर की वापसी हो गई है तो उत्थों सुखपाल सिंह खहरा दीआं मुश्किलां वध सकदीआं ने, क्योंकि एक तो खहरा जेल दे विच ने, दूजा उन्हां दे वल्लों दावा कीता गया सी कि सोनिया गांधी ने उन्हां नूं कांग्रेस पार्टी की टिकट भलत तो दे दित्ती है और हुण आप जेल दे विच ने, बीबी जगीर कौर मैदान दे विच आ गए ने। भलत दे विच बीबी जगीर कौर का बहुत जबरदस्त होल्ड मन्निया जांदा है, क्योंकि पहलां वी उह भलत तो विधायक रह चुके ने। इस तरह सुखपाल सिंह खहरा दीआं मुश्किलां वध सकदीआं ने। श्रोमणी अकाली दल दे वल्लों दो मजबूत दावेदार चोण मैदान दे विच उतार दिते गए ने। जेकर उम्मीदवारां दी गल करिए तां श्रोमणी अकाली दल दे वल्लों अपने 99 उम्मीदवार ऐलान दिते गए ने, 97 अते उन्हां ने उम्मीदवार खड़े करने ने अते उन्हां दे विचों 99 ऐलान भी दिते गए ने। सिर्फ 8 उम्मीदवार ही श्रोमणी अकाली दल दे रह गए ने। बसपा ने भी कुछ उम्मीदवार ऐलान दिते ने 20 सीटां ते उन्हां ने चोण लड़नी है। आम आदमी पार्टी के वालों अपने विधायकों कांग्रेस पार्टी में जाने रोकने लिए 10 टिकटां दे दित्तियां गईयां, पर कांग्रेस पार्टी के वालों अजे तक एक भी उम्मीदवार का ऐलान नहीं किया गया, जबकि भारतीय जनता पार्टी इस वेले उम्मीदवार की भाल दे विच है। इस तरह श्रोमणी अकाली दल उम्मीदवार ऐलान के मुद्दे से सारियां तो सामने सारियां तो अगे जाता दिखाई दिंदा है। अगली खबर के वल वधदे हां, गल कांग्रेस पार्टी के आपसी कलेश की कर लैंदे हां। सीएम चरणजीत सिंह चन्नी दे वल्लों नित नवे ऐलान किए जा रहे हैं, कहिंदे ने 5.5 रुपए फुट रेता पंजाब दे विच मिलेगा, मैं ऐलान करता हाँ। नवजोत सिद्धू ने कहा कितने नहीं मिलता, 22 रुपए फुट मिलता है, बहुत माड़ी गल है, सामने ही कह दिता मुख्यमंत्री चरणजीत सिंह चन्नी दे। अते हुण एक होर कांग्रेसी विधायक दे वल्लों सीएम चन्नी दे इन्हां ऐलानां दी पोल खोल दित्ती गई है। अमरगढ़ तो कांग्रेसी विधायक सुरजीत सिंह धमाण तो पुछया गया कि सीएम चन्नी ने ऐलान किया सी कि 5.5 रुपए फुट रेता मिलिया करेगा, धमाण कहिंदे ने 30 रुपए फुट मिलता है, नहीं होया जमीनी पद्धर से फैसला लागू नहीं होया, असी सीएम दे नाल गलबात करांगे कि क्यों नहीं लागू होंदे जमीनी पद्धर से जो भी ऐलान किए जाते हैं। लोगों बहुत ज़्यादा मुश्किल आ रही है, किसी को 25 रुपए फुट मिल रहा है, किसी को 28 रुपए और किसी को 30 रुपए फुट भी रेता मिल रहा है। साड़ी सरकार दीआं कुछ ये कमियां ने, असी अपने मुख्यमंत्री दे अगे ये कमियां जरूर रखांगे तां जो इन्हां कमियां नूं दूर किया जा सके। इस तरह कांग्रेसी लीडर आपस विच ही उलझदे दिखाई देंदे ने, चन्नी ऐलान करदे ने, कांग्रेसी पोल खोल देंगे ने। सो ये सन कुछ वो खबर, कुछ वो जानकारी जो तुहाड़े तक पहुँचाउणी तुहाड़े लई जाननी बहुत जरूरी सी। इन्हां खबरों विचों किसी खबर बारे जां फिर पंजाबी प्राइम टाइम बारे तुहाडी कोई भी राय जां सुझाव है तां कमेंट करके अपनी राय जरूर दिओ। चैनल नूं सबसक्राइब कर लो, फेसबुक ते पेज लाइक कर लो। मैं जज सिंह चाहला एक बार फिर हाजर होवांगा। तुसीं देखदे रहो पंजाब टीवी, हर खबर दा सच।